पत्रकार सी एक वो वधिया वायरल हो गई वीडियो वो बाहरों कहिंदे सी हना हेल्प करनी आ उदों घर दे हालात मतलब पहला डाउन बहुत सीगे हुण मैं जदों ही सुत सांभली आ वधिया वी हना जे मैं आ गाना कर रहा तां वधिया होणे आ बाहरों हेल्प आई ते कुछ पत्रकार भी रख ते मतलब पूरा अच्छा मतलब पत्रकार पैसे रख गया हां सोचया कि मैं भी आपा प्रोफेशनली गाना करगे मेरे माता भी लिखदे आ अच्छा डैडी दी डेथ हुई आ 2008 च ਠੀਕ ਹੈ ਤੇ ਦੁਆ ਚ ਮੰਮੀ ਲਿਖਣ ਦੇ ਉਹਦੇ ਆ ਗਏ ਵੀ ਹਨਾ ਕਿਤੇ ਦਾ ਦਰਦ ਨਿਕਲਦਾ ਹੀ ਆ ਜੀ ਤੇ ਉਹ ਲਿਖ ਕੇ ਨਿਕਲ ਗਿਆ ਦਰਦ ਤੁਸੀਂ ਲਿਖ ਲਓ ਕਲਾਈਨੋ ਆਪ ਖੁਦ ਉਹ ਵੀਡੀਓ ਚ ਦੇਖਦਾ ਵੀ ਆ ਲਿਖਦਾ ਰਾਈਟਿੰਗ ਮੈਂ ਤੁਹਾਨੂੰ ਦੱਸਿਆ ਪਹਿਲੇ ਨੰਬਰ ਤੇ ਆਇਆ ਸੀ ਰਾਈਟਿੰਗ ਚ ਵੀ ਮਾੜੇ ਦਿਨਾਂ ਨੂੰ ਦਿਖਾਤਾ ਕਿਵੇਂ ਬਦਲੀ ਦੇ ਨੇ ਹਾਲਾਤ ਕਿਸਮਤ ਨੂੰ ਵੀ ਕਹਿਤਾ ਅੱਖਾਂ ਕੱਢ ਕੇ ਨਾ ਝਾਕ ਜਿਹੜੇ ਪਰਖ ਦੇ ਮੈਨੂੰ ਲਾ ਕੇ ਫੇਕ ਜੀ ਨਿਊਜ਼ ਦੇਖਾਂ ਛਕ ਲੋ ਮੈਂ ਭੋਲਾ ਨਾ ਮੈਂ ਕੱਲ ਦਾ ਜਵਾਕ ਜੇ ਤੁਸੀਂ ਦੱਸ ਰਹੇ ਖਬਰਾਂ ਵਾਲੇ ਵੀ ਕਹਿੰਦੇ ਵੀ ਸਟੋਰੀ ਬਣਾ ਕੇ ਤੇਰੀ ਇੰਟਰਵਿਊ ਕਰ ਦਾਂਗੇ ਉਹ ਕਹਿੰਦੇ ਵੀ ਤੈਨੂੰ ਗਰੀਬ ਦਿਖਾਉਣਾਗਾ ਵੀ ਸਟੋਰੀ ਚੱਲ ਜੂ ਕਹਿੰਦੇ ਤੇਰੀ ਕਹਿੰਦੇ ਜੌਬ ਮਿਲ ਜੂ ਸਰਕਾਰੀ ਮੈਨੂੰ ਹੁਣ ਵੀ ਕਹਿੰਦੇ ਸੀਗੇ ਕਹਿੰਦੇ ਉੱਥੇ ਵਗ ਗਿਆ ਮੂਸੇ ਪਿੰਡ ਉਹਦੀ ਸਮਾਧ ਤੇ ਕਹਿੰਦੇ ਉੱਥੇ ਵੀਡੀਓ ਪਾ ਲਈ ਮੈਂ ਨਹੀਂ ਨਹੀਂ ਜਦੋਂ ਮੈਂ ਉਹਦੇ ਜਿਉਂਦੇ ਜੀ ਨਹੀਂ ਜਾ ਸਕਿਆ ਨਾ ਹਾਂ ਹੁਣ ਮੈਂ ਉੱਥੇ ਜਾ ਕੇ ਕੀ ਕਰਾਂ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਮੁਲਾਕਾਤ ਬੇਹੱਦ ਹੀ ਖਾਸ ਹੁੰਦੀ ਹੈ ਹਾਲਾਂਕਿ ਬਹੁਤ ਸਾਰੀਆਂ ਮੁਲਾਕਾਤਾਂ ਹੀ ਖਾਸ ਹੁੰਦੀਆਂ ਪਰ ਅੱਜ ਦੀ ਮੁਲਾਕਾਤ ਉਹਨਾਂ ਲਈ ਖਾਸ ਆ ਜਿਹੜੇ ਨੌਜਵਾਨ ਕਹਿੰਦੇ ਆ ਜਾਂ ਜਿਹੜੇ ਲੋਕ ਕਹਿੰਦੇ ਵੀ ਅਸੀਂ ਜ਼ਿੰਦਗੀ 'ਚ ਕੁਛ ਨਹੀਂ ਕਰ ਸਕਦੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਨੌਜਵਾਨ ਨਾਲ ਮਿਲਾਵਾਂਗੇ ਜੋ ਹੈ ਤਾਂ ਹਜੇ ਸਟਰਗਲ ਦੇ ਵਿੱਚ ਪਰ ਜ਼ਿੰਦਗੀ ਨੇ ਜੇ ਉਹਨੂੰ ਕੁਛ ਦਿੱਤਾ ਨਹੀਂ ਅਤੇ ਜ਼ਿੰਦਗੀ ਨੇ ਉਹ ਤੋਂ ਕੁਛ ਲੁਕੋਇਆ ਵੀ ਨਹੀਂ ਜਿਵੇਂ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਗਾ ਬਸ ਤਰਾਸ਼ਣ ਦੀ ਲੋੜ ਹੁੰਦੀ ਆ ਸਾਡੇ ਨਾਲ ਮੌਜੂਦ ਰਹਿਣਗੇ ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਠੂਲੇ ਵਾਲਾ ਉੱਥੋਂ ਦੇ ਨੌਜਵਾਨ ਆ ਮੁੰਡਾ ਅਰਸ਼ ਕਸਬਾ ਇਹ ਨੌਜਵਾਨ ਦਾ ਗੀਤ ਵੀ ਆਇਆ ਹੈਗਾ ਅਤੇ ਬਾਕੀ ਜਿਹੜੀ ਕਹਾਣੀ ਆ ਜ਼ਿੰਦਗੀ ਦੀ ਉਹ ਬਾਈ ਦੀ ਜਵਾਨੀ ਹੀ ਸੁਣਾਂਗੇ ਅਰਸ਼ ਸਵਾਗਤ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਹਾਂਜੀ ਹਾਂਜੀ ਵੀਰੇ ਵਧੀਆ ਅਤੇ ਪਹਿਲਾਂ ਤਾਂ ਤੁਸੀਂ ਆਪਦੇ ਬਾਰੇ ਦੱਸੋ ਵੀ ਅਰਸ਼ ਕਿਵੇਂ ਗਾਉਣ ਲੱਗਿਆ ਕਿਵੇਂ ਜਾਂ ਜਿਹੜੇ ਤੁਹਾਡੇ ਹਾਲਾਤ ਆ ਇਹ ਕਿਵੇਂ ਮਤਲਬ ਉਹ ਹੋਏ ਕਿਉਂਕਿ ਚਲੋ ਠੀਕ ਆ ਪਰਮਾਤਮਾ ਨੇ ਕੁਛ ਲੁਕੋਇਆ ਵੀ ਨਹੀਂ ਜਿਵੇਂ ਤੁਸੀਂ ਪਹਿਲਾਂ ਹੀ ਅਰਸ਼ ਨੇ ਦੱਸਤਾ ਸੀਗਾ ਵੀ ਆਪਾਂ ਇਹਨੂੰ ਕੋਈ ਸਿੰਪਥੀ ਵਾਲਾ ਜਾਂ ਗਰੀਬੀ ਵਾਲਾ ਨਹੀਂ ਅਰਸ਼ ਵਧੀਆ ਘਰ ਤੋਂ ਆ ਅਤੇ ਵਧੀਆ ਗੱਲ ਆ ਕੋਈ ਗੱਲ ਲੁਕੋ ਕੇ ਨਹੀਂ ਕਰਨੀ ਜੋ ਤੇਰਾ ਦਿਲ ਆ ਤੂੰ ਗੱਲ ਖੁੱਲ੍ਹ ਕੇ ਕਰ ਸਕਦਾ ਮੈਂ ਤੁਹਾਨੂੰ ਦੱਸਦਾ ਵੀਰੇ ਮੈਂ ਪਹਿਲਾਂ ਘਰੇ ਗਾਉਂਦੇ ਰਹਿੰਦੇ ਸੀਗੇ ਦੋਨੇ ਭਰਾ ਜੀ ਅਤੇ ਫਿਰ ਸਕੂਲ 'ਚ ਜਦੋਂ ਅਸੀਂ ਗਏ ਅਤੇ ਉੱਥੇ 2016 'ਚ ਸਾਡੇ ਟੀਚਰ ਮਿਲੇ ਤੁਸੀਂ ਜੋੜੇ ਭਰਾ ਗੇ ਹਾਂ ਜੀ ਅਤੇ ਪਹਿਲਾਂ ਮੇਰਾ ਭਰਾ ਗਿਆ ਹਾਲਾਂਕਿ ਉੱਥੇ ਜੀ ਉਹਨੇ ਫਿਰ ਦੱਸਿਆ ਵੀ ਮੇਰਾ ਭਰਾ ਵੀ ਗਾਉਂਦਾ ਗਾ ਅਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਐਵੇਂ ਗਾਉਣਾ ਗਾਉਣ ਲੱਗ ਗਏ ਅਸੀਂ ਜੀ ਪਰ ਉਹਨਾਂ ਦੀ ਡੈਥ ਹੋ ਗਈ ਮਿਊਜ਼ਿਕ ਟੀਚਰ ਦੀ ਅੱਛਾ ਜੀ ਅਤੇ ਫਿਰ ਅਸੀਂ 2-3 ਸਾਲ ਗਾਇਆ ਨਹੀਂ ਗਾ ਅਤੇ ਫਿਰ ਨਵੇਂ ਟੀਚਰ ਆਏ ਉਹਨਾਂ ਕੋਲ ਸਾਡਾ ਦਿਲ ਜਾਣੀ ਲੱਗਿਆ ਵੀ ਪਹਿਲਾਂ ਵਾਲੇ ਠੀਕ ਸੀਗੇ ਹੈ ਨਾ ਵੀ ਹੁਣ ਅਸੀਂ ਗਾਉਣਾ ਹੀ ਨਹੀਂ ਜੀ ਅਤੇ ਫਿਰ ਹੌਲੀ ਹੌਲੀ ਮਹਿੰਦੀ ਸਰ ਆਏ ਉਹਨਾਂ ਨੇ ਫਿਰ ਉਹਨਾਂ ਵਾਂਗੂ ਹੀ ਟ੍ਰੀਟ ਕਰਿਆ ਫਿਰ ਹੌਲੀ ਹੌਲੀ ਦੁਬਾਰੇ ਗਾਉਣ ਦੇ ਰਾਹ ਤੇ ਆ ਗਏ ਸੀਗੇ ਜੀ ਤੇ ਜਿਹੜਾ ਬਾਈ ਤੁਹਾਡਾ ਇਹ ਆ ਵੀ ਇਹ ਜਮਾਂਦਰੀ ਤੁਸੀਂ ਹਾਂਜੀ ਪ੍ਰੋਬਲਮ ਆ ਇਹ ਜਮਾਂਦਰੀ ਸੀਗਾ ਤੇ ਦੂਜੇ ਬਾਈ ਠੀਕ ਨੇ ਉਹ ਬਿਲਕੁਲ ਠੀਕ ਨੇ ਵੀਰੇ ਉਹਨਾਂ ਮੈਥੋਂ ਹਾਈਟ ਵੀ ਲੰਬੀ ਆ ਤੇ ਹੁਣ ਅਸੀਂ ਜੋੜਿਆ ਮਤਲਬ ਮੇਰਾ ਪਹਿਲਾ ਜਨਮ ਹੋਇਆ ਸੀਗਾ ਪਰ ਉਹ ਮੈਥੋਂ ਦੇਖਣ ਨੂੰ ਐਂ ਲੱਗਦਾ ਵੀ ਇਹ ਤੋਂ 3-4 ਸਾਲ ਵੱਡਾ ਹੁੰਦਾ ਤੇ ਉਹ ਵੀ ਗਾਉਣ ਦਾ ਸ਼ੌਂਕ ਰੱਖਦੇ ਹਾਂਜੀ ਹਾਂਜੀ ਤੇ ਫਿਰ ਇਹ ਤੁਸੀਂ ਕਿਵੇਂ ਸੋਚਿਆ ਪ੍ਰੋਫੈਸ਼ਨਲੀ ਮਤਲਬ ਜਿਵੇਂ ਤੁਸੀਂ ਗੀਤ ਲਿਖਦੇ ਵੀ ਖੁਦ ਹੋ ਹਾਂਜੀ ਹਾਂਜੀ ਵੀਰੇ ਤੇ ਸੋਚਿਆ ਕਿਵੇਂ ਵੀ ਆਪਾਂ ਪ੍ਰੋਫੈਸ਼ਨਲੀ ਗਾਣਾ ਕਰੀਏ ਸੋਚਿਆ ਵੀਰੇ ਮੇਰੇ ਮਾਤਾ ਵੀ ਲਿਖਦੇ ਆ ਅੱਛਾ ਤੇ ਡੈਡੀ ਦੀ ਡੈਥ ਹੋਈ ਆ 2008 ਚ ਠੀਕ ਹੈ ਤੇ ਦੁਆ ਚ ਮੰਮੀ ਲਿਖਣ ਦੇ ਉਹਦੇ ਆ ਗਏ ਵੀ ਹਨਾ ਕਿਤੇ ਦਾ ਦਰਦ ਨਿਕਲਦਾ ਹੀ ਆ ਜੀ ਤੇ ਉਹ ਲਿਖ ਕੇ ਨਿਕਲ ਗਿਆ ਦਰਦ ਤੇ ਫਿਰ ਹੌਲੀ ਹੌਲੀ ਅਸੀਂ ਦੇਖਿਆ ਮੰਮੀ ਨੂੰ ਬਲਕਾਰ ਵੀ ਲਿਖਣ ਲੱਗ ਗਿਆ ਨਾਲ ਦਾ ਭਰਾ ਤੇ ਮੈਂ ਵੀ ਤੇ ਫਿਰ ਹੌਲੀ ਹੌਲੀ 2016 ਚ ਤਾਂ ਫਿਰ ਦੱਸਿਆ ਟੀਚਰ ਆ ਗਏ ਸੀਗੇ ਫਿਰ ਇਸ ਤੋਂ ਬਾਅਦ ਉੱਥੇ ਸਕੂਲ ਚ ਬਹਿ ਗਏ ਨਾਲੇ ਲਿਖ ਲੈਂਦੇ ਨਾਲੇ ਗਾ ਲੈਂਦੇ ਤੇ ਫਿਰ ਇਹ ਜਿਹੜਾ ਆਹ ਚੀਜ਼ ਦਾ ਤੁਹਾਨੂੰ ਕਦੇ ਗਮ ਤਾਂ ਨਹੀਂ ਹੋਇਆ ਜਾਂ ਕਿਵੇਂ ਜਿਵੇਂ ਬਹੁਤ ਸਾਰੇ ਲੋਕ ਹਾਰ ਕੇ ਬਹਿ ਜਾਂਦੇ ਆ ਗਮ ਵੀਰੇ ਮੈਂ ਤੁਹਾਨੂੰ ਦੱਸਦਾ ਸਕੂਲ ਚ ਸਾਰੇ ਐਂ ਨੋਰਮਲ ਟ੍ਰੀਟ ਕਰਦੇ ਸੀਗੇ ਜੇ ਸਜ਼ਾ ਨਾਲ ਦੇ ਨੂੰ ਮਿਲਦੀ ਸੀ ਸਜ਼ਾ ਮੈਨੂੰ ਵੀ ਓਡੀ ਮਿਲਦੀ ਸੀ ਜੇ ਹੈਂਡਸ ਅਪ ਕਰਨੀ ਸੀ ਤਾਂ ਉਹ ਵੀ ਮੈਥੋਂ ਕਰਾਉਂਦੇ ਸੀਗੇ ਜੇ ਲੱਪੜ ਪੈਣੇ ਉਹ ਵੀ ਪੈਂਦੇ ਵੀ ਪੜ੍ਹਾਈ ਚ ਠੀਕ ਸੀਗੇ ਵਧੀਆ ਗੱਲ ਵੀ ਸੀ ਵੀ ਦੂਜਿਆਂ ਅਕੋਰਡਿੰਗ ਹੀ ਨਹੀਂ ਆਪਾਂ ਭੇਦਭਾਵ ਕਰਦੇ ਹਾਂ ਹਾਂ ਉਹ ਵੀ ਘਰੇ
ਜੇ ਦੂਏ ਦੇ ਗਾਲਾਂ ਪੈਂਦੀਆਂ ਤਾਂ ਮੇਰੇ ਵੀ ਓਨੀਆਂ ਪੈਂਦੀਆਂ। ਨਾਲ ਦੇ ਕਦੇ ਐਂ ਨਹੀਂ ਸਮਝਦੇ ਸੀਗੇ ਵੀ ਇਹ ਐਵੇਂ ਆ, ਜੇ ਤੋਰ ਕੇ ਲੈ ਕੇ ਜਾਣਾ ਨਾਲ ਤੋਰ ਕੇ ਕਿ ਤੈਨੂੰ ਘਨੇੜੇ ਚੱਕ ਲਾਂਗੇ, ਕੋਈ ਨਹੀਂ ਹੰਭ ਗਿਆ, ਪਰ ਤੈਨੂੰ ਜਿੱਥੇ ਤੱਕ ਤੋਰਨਾ ਤੂੰ ਆਪ ਤੁਰ। ਵੀ ਇਹ ਨਾਲ ਦਿਆਂ ਨੇ ਕਦੇ ਐਂ ਸੋਚਿਆ ਨੀ ਵੀ ਇਹ ਹੈਂਡੀਕੈਪ ਆ। ਮੈਨੂੰ ਪਤਾ ਵੀ ਤੁਸੀਂ ਥੋੜਾ ਜਿਹਾ ਸ਼ਰਾਰਤੀ ਲੱਗਦਾ ਜ਼ਿਆਦਾ। ਸ਼ਰਾਰਤੀ ਸ਼ਰਾਰਤੀ ਸਾਰੇ ਹੁੰਦੇ ਵੀਰੇ, ਕੋਈ ਮੈਂ ਐਂ ਨਹੀਂ ਹੈਗਾ ਵੀ ਮੈਂ ਪਹਿਲੀ ਗੱਲ ਆਪ ਨੂੰ ਕਦੇ ਸਮਝਿਆ ਨੀ ਹੈਂਡੀਕੈਪ, ਮੈਂ ਸ਼ਰਾਰਤਾਂ ਕਰਦਾ। ਮੈਂ ਜੇ ਮੈਂ ਸੋਚਿਆ ਵੀ ਮੈਂ ਹੈਂਡੀਕੈਪ ਫਿਰ ਮੈਂ ਸ਼ਰਾਰਤ ਨਹੀਂ ਕਰ ਸਕਦਾ ਬਿਲਕੁਲ, ਕਿਉਂਕਿ ਫਿਰ ਐਂ ਆਪ ਨੂੰ ਆਪਦੇ ਦੇ ਤਰਸ ਆ ਜਾਂਦਾ ਵੀ ਯਾਰ ਮੈਂ ਉੱਥੇ ਜਾ ਕੇ ਬਹਿ ਜਾਊਂਗਾ ਕੀ ਬਣੂ ਮੇਰਾ, ਕਿਸੇ ਨੇ ਬੁਲਾਉਣਾ ਨੀ, ਮੈਂ ਆਪ ਜਾ ਕੇ ਬੁਲਾਉਣਾ ਵੀ ਹਾਂ ਬਈ ਕਿਵੇਂ ਆ, ਫਿਰ ਉਹ ਮੂਹਰਲਾ ਵੀ ਐਂ ਕਹਿੰਦਾ ਵੀ ਹਾਂ ਇਹਨੇ ਆ ਕੇ ਬੁਲਾਇਆ, ਫਿਰ ਉਹਦੇ ਨਾਲ ਸ਼ਰਾਰਤ ਵੀ ਹੋ ਜਾਂਦੀ ਹੈਗੀ ਗੱਲੀ ਬਾਤੀ ਚਾਹੇ ਜਿਵੇਂ ਵੀ ਆ। ਨਹੀਂ ਚੰਗੀ ਗੱਲ ਆ ਇਹ, ਮਤਲਬ ਜਿਵੇਂ ਬਹੁਤ ਸਾਰੇ ਨੌਜਵਾਨ ਆਏ ਹਾਰ ਕੇ ਬਹਿ ਜਾਂਦੇ ਆ, ਜਿਹੜੇ ਮਤਲਬ ਚੰਗੇ ਭਲੇ ਵੀ ਹੁੰਦੇ ਆ ਵੀ ਸਾਨੂੰ ਕੰਮ ਨੀ ਰੋਜ਼ਗਾਰ ਨੀ, ਜਾਂ ਜਿਵੇਂ ਤੁਸੀਂ ਪਹਿਲਕਦਮੀ ਕੀਤੀ ਯਾਰ, ਬਹੁਤ ਵਧੀਆ ਗੱਲ ਆ ਇਹ। ਹਾਂ ਵੀਰੇ, ਮੈਂ ਜੋਬ ਵੀ ਭਰ ਕੇ ਆਇਆ ਸੀ ਪਹਿਲਾਂ ਤੇ ਮੈਂ ਕਿਹਾ ਚਲੋ 12th ਦੇ ਬੇਸ ਤੇ ਭਰ ਦਿੰਦਾ ਜੀ, ਤੇ ਅਗਸਤ 'ਚ ਪੇਪਰ ਸੀਗਾ ਤੇ ਉੱਧਰੋਂ ਕਹਿੰਦੇ ਸੌਂਗ ਪਲੈਨ ਹੋ ਗਿਆ, ਉਹ ਜੋਬ ਦਾ ਛੱਡਤਾ। ਫਿਰ ਮੈਂ ਲਾਈਨ ਲਿਖੀ ਪੈਸ਼ਨ ਪਿਆਰਾ ਜੋਬ ਛੱਡੀ ਸਰਕਾਰੀ, ਇਹ ਲਾਈਨ ਗਾਣੇ ਦੇ ਵਿੱਚ ਪਾਈ ਹੋਈ ਹੈ। ਠੀਕ ਹੈ, ਤੇ ਹੁਣ ਤੁਸੀਂ ਫਿਰ ਪੜ੍ਹਦੇ ਵੀ ਹੋ ਨਾਲ? ਹਾਂਜੀ ਵੀਰੇ। ਕਿਹੜੀ ਜਮਾਤ 'ਚ? ਇਹ ਸੈਕੰਡ ਈਅਰ 'ਚ ਮੈਂ ਤੇ ਹੁਣ ਪੇਪਰ ਬਸ 10-15 ਦਿਨਾਂ ਤੋਂ ਪੇਪਰ ਆ ਜਾਣਗੇ, ਉਹ ਹਾਲੇ ਤੱਕ ਕੁਛ ਪੜ੍ਹਿਆ ਤਾਂ ਹੈ ਨਹੀਂ ਹਾਲੇ, ਟਾਈਮ ਜਿਹੜੇ ਪੜ੍ਹ ਲਈਦਾ। ਵੀ ਐਂ ਤੁਹਾਨੂੰ ਦੱਸਿਆ ਵੀ ਪੜ੍ਹਨ 'ਚ ਠੀਕ ਆ, ਵੀ 3-4 ਦਿਨ ਰਹਿੰਦੇ ਪੜ੍ਹ ਲਈਦਾ, ਪਾਸ ਹੋਣ ਜੋਗੇ ਵਧੀਆ ਆ ਜਾਂਦੇ ਆ। ਤੇ ਅੱਗੇ ਫਿਰ ਭਵਿੱਖ 'ਚ ਕੀ ਸੋਚਿਆ ਵੀ ਇਹ ਲਾਈਨ 'ਚ ਹੀ ਸੋਚਿਆ ਗੀਤਾਂ ਵਾਲੀ 'ਚ, ਮਤਲਬ ਸਿੰਗਿੰਗ ਵਾਲੀ 'ਚ? ਇਸ ਲਾਈਨ 'ਚ ਵੀਰੇ। ਹਾਂ, ਤੇ ਹੁਣ ਫਿਰ ਪ੍ਰੋਫੈਸ਼ਨਲੀ ਸਿੱਖਦੇ ਵੀ ਹੋ ਕਿਸ ਤੋਂ ਕਿ ਨਹੀਂ? ਨਹੀਂ ਸਿੱਖਦੇ, ਸਿੱਖੇ ਤਾਂ ਨਹੀਂ। ਹਾਂ, ਉਹੀ ਤੁਹਾਨੂੰ ਦੱਸਿਆ ਮਿਊਜ਼ਿਕ ਟੀਚਰ 2016 ਤੋਂ ਬਾਅਦ ਸਿੱਖੇ ਨੀ ਗਏ, ਦੂਏ ਟੀਚਰ ਆ ਗਏ, ਉਹਨਾਂ ਨੇ ਜਿਹਾ ਜਿਹਾ ਸਕੂਲ 'ਚ 12ਵੀਂ ਤੱਕ ਸਿਖਾਇਆ ਉੱਥੇ ਤੱਕ ਸਿੱਖਿਆ, 2 ਸਾਲ ਘਰੇ ਹਾਂ ਮੈਂ, ਘਰੇ ਸੀ। ਤੇ ਕੁਛ ਸਾਨੂੰ ਸੁਣਾਉ ਸੁਣਾਉਂਗੇ? ਹਾਂਜੀ ਹਾਂਜੀ, ਹਾਂ ਸੁਣਾ ਦਿਓ ਕੁਛ ਵੀ ਜੋ ਤੁਹਾਡਾ ਦਿਲ ਕਰਦਾ, ਮੋਬਾਈਲ ਤੋਂ ਤੁਸੀਂ ਦੇਖਣਾ। ਹਾਂਜੀ, ਇੱਕ ਬਾਈ ਨਾਲ ਮੈਂ ਇੱਕ ਹੋਰ ਵੀ ਪੁੱਛਣਾ ਹੋਊਗਾ, ਸਾਰੇ ਕੰਮ ਕਰ ਤੁਸੀਂ ਖੁਦ ਕਰਦੇ ਹੋ, ਕੋਈ ਹੈਲਪ ਦੀ ਲੋੜ ਤਾਂ ਨਹੀਂ ਪੈਂਦੀ? ਸਾਰੇ ਸਾਰੇ ਕੰਮ? ਮਤਲਬ ਐਂ ਵੀ ਨਹੀਂ ਵੀ ਸਾਰੇ? ਹਾਂ ਹਾਂ, ਮਤਲਬ ਜਿੱਥੇ ਤੱਕ ਹੈਲਪ ਉਹ ਕਰਦੇ ਆ, ਜਿੱਥੇ ਤੱਕ ਮੈਥੋਂ ਹੁੰਦਾ ਕਰੀਏ, ਜਿੱਥੇ ਚਲੋ ਨਹੀਂ ਹੁੰਦੀ ਉੱਥੇ ਹੀ ਮੰਗਦੇ ਹਾਂ, ਪਰ ਐਂ ਨਹੀਂ। ਹਾਂ, ਇੱਕ ਮੈਂ ਲਿਖਿਆ ਸੀਗਾ ਜੀ, ਕਹਾ ਡਿੱਗਿਆ ਜ਼ਰੂਰ ਪਰ ਮੰਨੀ ਨਹੀਂ ਮੈਂ ਹਾਰ ਸੀ, ਅਗਲੇ ਸਟੈਪ ਲਈ ਮੈਂ ਹੋਰ ਵੀ ਤਿਆਰ ਸੀ, ਫੜੀਆਂ ਕਈਆਂ ਨੇ ਬਾਹਾਂ ਛੱਡੀਆਂ ਵੀ ਕਈਆਂ ਸੀ, ਆਪਣੇ 'ਤੇ ਬੀਤੀ ਦੱਸਾਂ ਜਿਹੜੀਆਂ ਮੈਂ ਸਹੀਆਂ ਸੀ, ਮੇਰੇ ਯਾਰ ਭਾਈਆਂ ਜਿਹੇ ਕਦੇ ਫੀਲ ਨਾ ਕਰਾਇਆ ਸੀ, ਕਈ ਜਾਣ ਕੇ ਕਰਾ ਕੇ ਫੀਲ ਦਿਲ 'ਤੇ ਨਾ ਲਾਇਆ ਸੀ, ਤੁਰਿਆ ਮੈਂ ਟੱਪ ਟੱਪ ਮੰਨੀਆਂ ਕਿ ਛਾਲਾਂ ਨੇ, ਦੇਖ 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 ਅੱਜ ਕਹਿੰਦੇ ਸਾਡੇ ਵਾਲਾਂ ਨੇ, ਦੁਨੀਆਂ ਦੇ 2 ਪਾਸੇ ਇੱਕ ਪਾਸੇ ਮਾਲਾ ਨੇ, ਇੱਕ ਪਾਸੇ ਮਾਲਾ ਪਰ ਦੂਜੇ ਪਾਸੇ ਗਾਲਾਂ ਨੇ। ਇਹ ਕਈ ਹੁੰਦੇ ਆ ਨਾ, ਉਹਨਾਂ ਬਾਰੇ ਲਿਖਿਆ ਜਾਂਦਾ, ਜਿਵੇਂ ਹਰੇਕ ਗੀਤਕਾਰ ਆ ਉਹ ਉਸ ਡਿਪੈਂਡ 'ਤੇ ਲਿਖਦਾ, ਉਸ ਸਿਚੁਏਸ਼ਨ 'ਤੇ ਜਿਹੜੀ ਉਹਦੇ ਆਲੇ ਦੁਆਲੇ ਹੋ ਰਹੀ ਆ, ਅਤੇ ਮੈਂ ਵੀ ਉਸੇ ਹਿਸਾਬ ਨਾਲ ਜਿਹੜਾ ਕੋਈ ਆਲੇ ਦੁਆਲੇ ਮੈਨੂੰ ਦੇਖ ਕੇ ਹੋ ਰਿਹਾ ਉਸ ਹਿਸਾਬ ਨਾਲ ਲਿਖਿਆ ਜਾਂਦਾ ਹੁੰਦਾ। ਕਈ ਆਖਦੇ ਨੇ ਕਰੂ ਕੀ ਇਹ ਹੈਗਾ ਇਹ ਡਿਸੇਬਲ, ਮੈਨੂੰ ਪਤਾ ਮੇਰੇ ਬਾਰੇ ਮੈਂ ਕਿੰਨਾ ਕੁ ਆਏਬਲ, ਕਈ ਹੱਸਦੇ ਨੇ ਦੇਖ ਮੈਨੂੰ, ਖਾਂਦੇ ਕਈ ਤਰਸ, ਦੁਨੀਆਂ 'ਤੇ ਕੇਰਾਂ ਪਰ ਨਾਮ ਕਰੂ ਅਰਸ਼, ਝੂਠੇ ਵਾਦੇ ਕੋਈ ਨਾ ਇਹ ਸਾਈਨ ਤਕਦੀਰ ਦੇ, ਪੈਸਾ ਬਣਦਾ ਦਿਮਾਗੋਂ ਜ਼ਰੂਰੀ ਅੰਗ ਨਹੀਂ ਸਰੀਰ ਦੇ, ਤਾਂ ਹੀ ਛੱਡੀ ਨਾ ਮੈਂ ਮਿਹਨਤ, ਕੱਢਦੇ ਕੀ ਗਾਲਾਂ ਨੇ, ਦੇਖ 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 ਅੱਜ ਕਹਿੰਦੇ ਸਾਡੇ ਵਾਲਾ ਨੇ, ਦੁਨੀਆਂ ਦੇ 2 ਪਾਸੇ ਇੱਕ ਪਾਸੇ ਮਾਲਾ ਨੇ, ਇੱਕ ਪਾਸੇ ਮਾਲਾ ਪਰ ਦੂਜੇ ਪਾਸੇ ਗਾਲਾਂ। ਜਿਹੜਾ ਤੁਹਾਡਾ ਗਾਣਾ ਆ ਉਹ ਸੁਣਾਓ। ਉਹ ਸੀਗਾ ਉਹ ਵੀ ਤੁਸੀਂ ਕੁਛ, ਉਹ ਜਦੋਂ ਗਾਣਾ ਜਿਹਾ ਸੁਣਿਆ ਗਾ, ਮਤਲਬ ਐਂ ਸਾਰਾ ਉਹ ਐਂ ਲੱਗਦਾ ਵੀ ਤਾਨੇ ਮਿਹਣੇ ਮਿਲਦੇ ਸੀ ਕੋਈ, ਐਂ ਕਿਸੇ ਤੋਂ ਕੁਛ ਕੋਈ ਸੁਣੋ, ਐਡੇ ਵੀ ਨਹੀਂ ਮਿਲੇ ਵੀਰੇ। ਹਾਂ, ਐਡੇ ਵੀ ਨਹੀਂ, ਐਡੇ ਵੀ ਨਹੀਂ ਮਿਲੇ, ਉਹ ਇੱਕ ਸਕ੍ਰਿਪਟ ਹੋ ਜਾਂਦੀ ਆ। ਜਦੋਂ ਉਹਦੀ ਸ਼ੂਟ ਹੋ ਰਿਹਾ ਸੀ ਵੀਰੇ ਵੀਡੀਓ ਦਾ, ਮੈਨੂੰ ਬਾਪੂ ਗਾਲਾਂ ਕੱਢ ਰਿਹਾ ਸੀਗਾ ਵੀਡੀਓ ਦੇ ਵਿੱਚ ਸਕ੍ਰਿਪਟ ਦੇ ਹਿਸਾਬ ਨਾਲ ਵੀ ਤੂੰ ਪੜ੍ਹ ਲਿਆ ਕਰ, ਤੂੰ ਕਿਹੜੇ ਰਾਹ 'ਤੇ ਪੈ ਗਿਆ, ਅਤੇ ਮਾਤਾ ਖਾਣਾ ਬਣਾ ਰਹੀ ਸੀ ਸਾਰਿਆਂ ਦਾ, ਉਹ ਰੋ ਪਈ ਅੰਦਰ ਵੀ ਇਹਦੇ ਗਾਲਾਂ ਪੈ ਰਹੇ ਨੇ, ਕਿਉਂਕਿ ਅੱਜ ਤੱਕ ਮੈਨੂੰ ਵੀਰੇ ਘਰੋਂ ਗਾਲਾਂ ਨਹੀਂ ਪਈਆਂ। ਬਾਪੂ ਨੂੰ ਮੈਂ ਦੱਸਿਆ, ਮੈਂ ਕਿਹਾ ਵੀ ਮੈਨੂੰ ਗਾਲਾਂ ਦਿੱਤੀਆਂ, ਮਾਤਾ ਰੋ ਪਈ, ਕਹਿੰਦਾ ਫਿਰ ਸਹੀ ਗੱਲ ਆ, ਕਹਿੰਦਾ ਤੈਨੂੰ ਜਦੋਂ ਕਿਸੇ ਨੇ ਘੂਰੇ ਨਹੀਂ ਅੱਜ ਤਾਈਂ। ਮੈਨੂੰ ਵੀਡੀਓ ਡਾਇਰੈਕਟਰ ਕਹਿੰਦਾ ਵੀ ਕਹਿੰਦਾ ਤੇਰੇ, ਕਹਿੰਦਾ ਸਹੀ ਹਾਲਾਤ ਨੇ ਇਹ, ਕਹਿੰਦਾ ਹਨਾ ਤੇਰੇ ਵੀਡੀਓ 'ਤੇ, ਮੈਂ ਨਹੀਂ ਨਹੀਂ ਮੈਂ ਸਾਰੀ ਫੇਕ ਆ ਵੀਡੀਓ, ਇੱਦਾਂ ਮੇਰੇ ਨਾਲ ਕੁਛ ਨਹੀਂ ਹੋਇਆ। ਮੈਂ ਕਿਹਾ ਉਵੇਂ ਕੁਛ ਨਹੀਂ ਹੋਇਆ। ਉਹ ਸੁਣਾਓ ਫਿਰ ਗਾਣਾ। ਹੋ ਜੂ ਲੇਟ ਭਾਵੇਂ ਮਾੜਾ ਮੋਟਾ ਹੋਣਾ ਨੀ ਸਟੋਪ, ਸੌਂਗ ਕੱਲਾ ਕੱਲਾ ਹਿੱਟ ਕਹਿਣ ਕਾ ਸਵਾ ਫਲੋਪ, ਲਿਖੇ ਜ਼ਿੰਦਗੀ ਨੂੰ ਪੰਨਿਆਂ ਤੇ ਰਹਿਮਾਂ ਜੋੜ ਜੋੜ, ਗੀਤ ਹੋਰ ਬੜੇ ਆਉਣੇ ਪਿਆ ਭਰੇ ਆ ਸਟੋਕ, ਜਿਹੜੇ ਕੰਧਾਂ ਉੱਤੋਂ ਧੌਣਾ ਚੱਕ ਲੈਂਦੇ ਸੀਗੇ ਜੈਜੇ, ਅੱਜ ਉਹੀ ਕੰਧਾਂ ਉੱਤੋਂ ਨੇ ਕਲੈਪ ਕਰਦੇ,
ਜਿਹੜੇ ਨਾਮ ਸੁਣ ਕਹਿੰਦੇ ਸੀ ਇੱਕ ਰੁਕੀਏ ਅੱਜ ਨਾ ਮੇਰੇ ਨਾਲ ਨਾਮ ਨੇ ਅਟੈਚ ਕਰਦੇ ਜਿਹੜੇ ਨਾਮ ਸੁਣ ਕਹਿੰਦੇ ਸੀ ਇੱਕ ਰੁਕੀਏ ਅੱਜ ਨਾ ਮੇਰੇ ਨਾਲ ਨਾਮ ਨੇ ਅਟੈਚ ਕਰਦੇ ਲੈਸਨ ਹੀ ਸਿੱਖਿਆਰਾਂ ਤੋਂ ਮੈਂ ਡਿੱਗ ਡਿੱਗ ਕੇ ਹੌਲੀ ਹੌਲੀ ਚੀਜ਼ ਬਣਦੀ ਹੁੰਦੀ ਆ ਰਿੱਝ ਕੇ ਸੂਰਜ ਦੇ ਛਿਪਣ 'ਤੇ ਚੰਨ ਚੜ੍ਹਦਾ ਪਰ ਮਿੱਟਦਾ ਨਹੀਂ ਹੁੰਦਾ ਆਉਂਦਾ ਦੂਣੇ ਸੇਕ 'ਚ ਐਂਟੀ ਆਖਣ ਕਰੇ ਆ ਰਿਪਲਾਈ ਹੋਊਗਾ ਥੰਬ ਨੇਲੇ ਉੱਤੇ ਮੱਲੋ ਮੱਲੀ ਟੈਪ ਕਰਦੇ ਜਿਹੜੇ ਨਾਮ ਸੁਣ ਕਹਿੰਦੇ ਸੀਗੇ ਕਰੂਕੀਏ ਅੱਜ ਨਾ ਮੇਰੇ ਨਾਲ ਨਾਮ ਨੇ ਅਟੈਚ ਕਰਦੇ ਕਿਵੇਂ ਇਹਦਾ ਰਿਸਪੌਂਸ ਕਿਵੇਂ ਆਇਆ ਹੁਣ ਗਾਣੇ ਦਾ ਵਧੀਆ ਲੋਕਾਂ ਨੇ ਦਿੱਤਾ ਹੰਗਾਰਾ ਹਾਂ ਵੀਰੇ ਹੰਗਾਰਾ ਦਿੱਤਾ ਤੇ ਕੱਲ ਪਾਈ ਆ ਵੀਡੀਓ ਜੀ 3,000 ਵਿਊ ਦਾ ਹੋ ਗਿਆ ਮਤਲਬ ਆਪਦੇ ਸਿਰ ਤੇ ਤੇ ਮੈਂ ਸੋਚਿਆ ਐਡ ਲਾ ਦਿੰਦੇ ਆ ਤੇ ਫਿਰ ਨਾਲ ਦੇ ਕਹਿੰਦੇ ਜਿੰਨਾ ਟਾਈਮ ਇਹਨੂੰ ਆਪ ਉੱਠਣ ਦੇ ਹਨਾ ਵੀ ਬਾਅਦ ਚੋਂ ਐਡ ਪੈਸੇ ਹੋ ਜਾਣਗੇ ਲਾਇਆ ਕਰਾਂਗੇ ਆਪ ਉੱਠਣ ਦੇ ਇਹਨੂੰ ਤੇ ਜਿਵੇਂ ਉਹ ਇਹ ਹੁੰਦਾ ਗਾ ਵੀ ਆਮ ਤੌਰ ਤੇ ਇਹ ਕਹਾਵਤ ਆ ਵੀ ਜਿਹੜਾ ਇਹ ਫੀਲਡ ਆ ਮਿਊਜ਼ਿਕ ਵਾਲਾ ਇਹ ਮਹਿੰਗਾ ਬਹੁਤ ਆ ਖਰਚਾ ਖੁਰਚਾ ਫਿਰ ਵਾਹਵਾ ਆਇਆ ਖਰਚਾ ਮਿਊਜ਼ਿਕ ਤੇ ਆ ਗਿਆ ਵੀਡੀਓ ਤੇ ਆ ਗਿਆ ਤੇ ਲੱਗ ਗਿਆ ਇਹਦੇ 60-70,000 ਸਾਰੇ ਪ੍ਰੋਜੈਕਟ ਤੇ ਕਿੰਨੇ ਟਾਈਮ ਚ ਤਿਆਰ ਹੋ ਗਿਆ ਫਿਰ ਅਸੀਂ ਨਵੇਂ ਸੀਗੇ ਸਾਰੇ ਸਾਨੂੰ 2 ਮਹੀਨੇ ਲੱਗ ਗਏ ਨਹੀਂ ਮਹੀਨੇ ਚ ਮੈਂ ਕਹਿਣਾ ਸਾਰਾ ਕੁਝ ਮਿਊਜ਼ਿਕ ਵਗੈਰਾ ਕਰਕੇ ਹੋ ਜਾਂਦਾ ਅਸੀਂ 2 ਮਹੀਨੇ ਪਹਿਲਾਂ ਇਹਦੀ ਰਿਕਾਰਡਿੰਗ ਕਰਕੇ ਆਏ ਉਦਨੇ ਮੀਂਹ ਪੂਰਾ ਆ ਗਿਆ ਤੇ ਮੂੰਹ ਚ ਗੰਦਾ ਪਾਣੀ ਪਿਆ ਬੁਰੇ ਹਾਲ ਉਹ ਦੋਹੇ ਮੁੰਡੇ ਨਾਲ ਇੱਕ ਹੋਰ ਤੇ ਆਹ ਸੜਕਾਂ ਭਰ ਗਈਆਂ ਸੀਗੀਆਂ ਸਾਰੀਆਂ ਜੀ ਉਹ ਜਿੱਦਣ ਟੀਜ਼ਰ ਚੜਿਆ ਉਦਨੇ ਵੀ ਮੂੰਹ ਪੂਰਾ ਆਇਆ ਮੀਂਹ ਪੂਰਾ ਆਇਆ ਕਹਿੰਦੇ ਰੱਬ ਖੁਸ਼ ਆ ਰੱਬ ਖੁਸ਼ੀ ਅੱਗੇ ਅੱਗੇ ਫਿਰ ਸੋਚਿਆ ਵੀ ਹੋਰ ਗਾਣੇ ਗੁਣੇ ਕਰੋਗੇ ਹਾਂ ਲਗਾਤਾਰ ਪਰ ਐ ਸੋਚਿਆ ਵੀ ਜੇ ਇਹ ਹਿੱਟ ਹੋਇਆ ਤਾਂ ਕਰਾਂਗੇ ਨਹੀਂ 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 ਕਰਾਂਗੇ ਤੁਹਾਨੂੰ ਦੱਸਿਆ ਜਦੋਂ ਬੀਬੀ ਫਿਰ ਗੈਪ ਪਾ ਕੇ ਕਰੋਗੇ ਉਸ ਹਿਸਾਬ ਤੇ ਫਿਰ ਵੱਡੀ ਤਿਆਰੀ ਨਾਲ ਉਤਰੋਗੇ ਜਿਵੇਂ ਉਸ ਹਿਸਾਬ ਨਹੀਂ ਫਿਰ ਛੋਟੇ ਬਜਟ ਤੇ ਕੋਈ ਫਾਇਦਾ ਨਹੀਂ ਨਾ ਛੋਟੇ ਬਜਟ ਤੇ ਫਾਇਦਾ ਤੇ ਜਿਵੇਂ ਉਹ ਹੁਣ ਇਹ ਕਿਹਾ ਜਾਂਦਾ ਗਾ ਵੀ ਆਮ ਤੌਰ ਤੇ ਜੇ ਕੋਈ ਚੀਜ਼ ਵਾਇਰਲ ਹੋ ਜੇ ਹੱਥੋਂ ਹੱਥੀ ਲੋਕ ਚੱਕ ਲੈਂਦੇ ਆ ਕੋਈ ਉਹ ਸਾਈਨ ਕਰਨ ਵਾਸਤੇ ਵੀ ਆ ਜਾਂਦਾ ਕੋਈ ਆਏ ਉਵੇਂ ਵੀ ਹੈਗਾ ਗਾ ਵੀ ਵਾਇਰਲ ਕਰਾ ਲਓ ਕੋਈ ਚੀਜ਼ ਜਾਂ ਕਿਵੇਂ ਹੋਰ ਇਹ ਵੀ ਤੁਸੀਂ ਆਪ ਮੇਰਾ ਕਹਿਣ ਦਾ ਭਾਵ ਵੀ ਫੇਸਬੁੱਕ ਜਾਂ ਜਿੰਨਾ ਸੋਸ਼ਲ ਪਲੇਟਫਾਰਮ ਉੱਥੇ ਆਪਦੇ ਕਮਰੇ 'ਚ ਬਹਿ ਕੇ ਗਾਣੇ ਗੁਣੇ ਪਾਉਂਦੇ ਰਹਿੰਦੇ ਹੋ ਕੋਈ ਉਸ ਹਿਸਾਬ ਨਾਲ ਮੈਂ ਮਤਲਬ ਬੀਟਾਂ ਦਾ ਪਤਾ ਲੱਗ ਗਿਆ ਵੀ ਕਿਵੇਂ ਬਣਦੀਆਂ ਨੇ ਤੇ ਘਰੇ ਬਹਿ ਕੇ ਕਰ ਲਈਦਾ ਸੀਗਾ ਮੈਂ 2020 ਤੋਂ ਪਾਉਣ ਲੱਗ ਗਏ ਰੀਲਾਂ ਉਹ ਵਧੀਆ ਚੱਲੀ ਗਈਆਂ ਸੀਗੀਆਂ ਤੇ ਸ਼ੁਭ ਨੇ ਵੀ ਸਟੋਰੀ ਪਾਈ ਸੀ ਤੇ ਸ਼ੁਭ ਦੇ ਭਾਈ ਨੇ ਵਧੀਆ ਗੱਲਬਾਤ ਵੀ ਹੋਈ ਆ ਤੇ ਰੋਮੀ ਮਾਨ ਨੇ ਵੀ ਪਾਈ ਸੀ ਮਤਲਬ ਲੀਲੇ ਡੱਕ ਵਾਲਿਆਂ ਕੋਲੇ ਪਹੁੰਚ ਗਈ ਸੀ ਵੀਡੀਓ ਅੱਛਾ ਅੱਛਾ ਐਂ ਵੀ ਦੇਖਦੇ ਹੋ ਤੁਸੀਂ ਹਾਂ ਪਰ ਹੋਈ ਐਂ ਗੱਲ ਪੇਜ ਡਿਸੇਬਲ ਹੋ ਗਿਆ ਪਤਾ ਨਹੀਂ ਕਿਸੇ ਕਾਰਨ ਉਹ ਰੀਲ ਉੱਥੇ ਗਰੋ ਹੋਣੋਂ ਹਟ ਗਈਆਂ 1 ਮਹੀਨਾ ਪੇਜ ਨਹੀਂ ਚੱਲਿਆ ਇੰਸਟਾਗ੍ਰਾਮ ਦਾ ਅੱਛਾ ਮੁੜ ਕੇ ਰੀਲ ਕੋਈ ਵਾਇਰਲ ਹੀ ਨਹੀਂ ਹੋਈ ਤੇ ਫਿਰ ਚਲੋ ਪਾਉਣੀਆਂ ਤਾਂ ਫਿਰ ਵੀ ਨਹੀਂ ਛੱਡੀਆਂ ਫਿਰ ਵੀ ਪਾਈ ਗਏ ਰੀਲਾਂ ਤਾਂ ਸ਼ੋਅ ਨੇ ਕਦੋਂ ਪਾਈ ਸੀ ਉਹਨੇ ਅਕਤੂਬਰ 'ਚ ਆ ਪਿੱਛੇ ਮਤਲਬ ਪਿਛਲੇ ਸਾਲ ਪਾਈ ਸੀ ਤੇ ਫਿਰ ਤੁਸੀਂ ਕਿਹਨੂੰ ਸੱਚ ਸ਼ਬਦ ਤੋਂ ਜ਼ਿਆਦਾ ਗਏ ਕਿਹਨੂੰ ਸੁਣਦੇ ਹੋ ਪੰਜਾਬੀ ਮਤਲਬ ਇੰਡਸਟਰੀ 'ਚ ਕਿਹਨੂੰ ਕਾਕਾ ਤੇ ਮੂਸੇ ਤੇ ਸ਼ੁਭ ਨੂੰ ਵੀ ਸ਼ੁਭ ਨੂੰ ਸੁਣੀਦਾ ਪਰ ਜ਼ਿਆਦਾ ਕਾਕਾ ਤੇ ਮੂਸੇ ਵਾਲੇ ਉਹਨਾਂ ਦਾ ਕੀ ਮਤਲਬ ਤੁਹਾਨੂੰ ਲੱਗਦਾ ਹੈਗਾ ਕੀ ਵੱਖਰਾ ਜਾਂ ਕੀ ਚੀਜ਼ ਜਿਹੜੀ ਪ੍ਰਭਾਵਿਤ ਕਰਦੀ ਆ ਵੋਕਲ ਲਿਰਿਕਸ ਮਿਊਜ਼ਿਕ ਤਿੰਨੇ ਚੀਜ਼ਾਂ ਇਹਨਾਂ ਦੀਆਂ ਵਧੀਆ ਹੁੰਦੀਆਂ ਨੇ ਜਿਵੇਂ ਮੂਸੇ ਵਾਲੇ ਦੀ ਆਵਾਜ਼ ਬੜੀ ਉਹ ਸੀ ਹੈ ਨਾ ਜਿਵੇਂ ਉਹ ਬੋਲਦੇ ਉਹਦਾ ਉਈ ਪਤਾ ਲੱਗਦਾ ਵੀ ਕੋਈ ਸ਼ੇਰ ਵਾਂਗੂ ਬੋਲ ਰਿਹਾ ਗੜਕਵੀਂ ਆਵਾਜ਼ ਸੀ ਉਹਦੀ ਤੇ ਕਾਕੇ ਦੇ ਲਿਖਣ ਦਾ ਸਟਾਈਲ ਵਧੀਆ ਉਹਦੀਆਂ ਕੰਪੋਜੀਸ਼ਨਾਂ ਘੈਂਟ ਹੁੰਦੀਆਂ ਨੇ ਜੀ ਤੇ ਮਿਲਣ ਦਾ ਕਦੇ ਸਬੱਬ ਮਿਲਿਆ ਸੀ ਇਹਨਾਂ ਨੂੰ ਮੂਸੇ ਵਾਲੇ ਵੀਰੇ ਐਂ ਹੋਇਆ ਵੀਰੇ ਅਸੀਂ ਸੋਚਿਆ ਹੋਇਆ ਸੀ 12ਵੀਂ ਦੇ ਪੇਪਰ ਸੀ ਸਾਡੇ ਤੇ 3-4 ਪੇਪਰ ਹੈਗੇ ਅਸੀਂ ਕਿਹਾ ਚੱਲ ਮਿਲ ਕੇ ਆਵਾਂਗੇ ਮਈ ਤੋਂ ਪਹਿਲਾਂ ਤੇ ਸਾਡੇ ਮਈ ਜੂਨ ਹਾਂ ਜੂਨ 'ਚ ਪੇਪਰ ਮੁੱਕੇ ਸੀਗੇ ਤੇ ਉਹ 3-4 ਦਿਨ ਪਹਿਲਾਂ ਹੀ ਡੈਥ ਹੋ ਗਈ ਸੀ ਮੂਸੇ ਵਾਲੀ ਤੇ ਸਾਨੂੰ ਐਂ ਸੀਗਾ ਵੀ ਜੇ ਅਸੀਂ ਉੱਥੇ ਵੱਗ ਗਏ ਵੀ ਬਹੁਤ ਭਾਰ ਮਹਾਂਗਾਰਾ ਮਿਲਦਾ ਸਾਨੂੰ ਜਿਵੇਂ ਵੀ ਲਾ ਲਓ ਸਿੰਪਥੀ ਦੇ ਤੌਰ 'ਤੇ ਲਾ ਲਓ ਪਰ ਮੈਂ ਉਹੀ ਗੱਲ ਆ ਵੀ ਸਿੰਪਥੀ ਲੈਣੀ ਨਹੀਂ ਸੀ ਸਿੰਪਥੀ ਲੈਣੀ ਮੈਨੂੰ ਹੁਣ ਵੀ ਕਹਿੰਦੇ ਸੀਗੇ ਕਹਿੰਦੇ ਉੱਥੇ ਵੱਗ ਜਾ ਮੂਸੇ ਪਿੰਡ ਉਹਦੀ ਸਮਾਧ 'ਤੇ ਉੱਥੇ ਵੀਡੀਓ ਪਾ ਲਈ ਮੈਂ ਨਹੀਂ ਨਹੀਂ ਜਦੋਂ ਮੈਂ ਉਹਦੇ ਜਿਉਂਦੇ ਜੀ ਨਹੀਂ ਜਾ ਸਕਿਆ ਨਾ ਹੁਣ ਮੈਂ ਉੱਥੇ ਜਾ ਕੇ ਕੀ ਕਰ ਕਦੇ ਇੱਧਰ ਉੱਧਰ ਉਹਦੇ ਪੇਰੈਂਟਸ ਨੂੰ ਮਿਲਣ ਦਾ ਉਹ ਤਾਂ ਹੋਊਗਾ ਹਾਂ ਵੀ ਉਵੇਂ ਅਸੀਂ ਬਾਹਰ ਲਹੋਂ ਨਹੀਂ ਜਾਣਾ ਹਾਂ ਜੋ ਕੁਛ ਕਰਨਾ ਆਪਦੇ ਦਮ 'ਤੇ ਕਰਨਾ ਜਿਵੇਂ ਤੁਸੀਂ ਦੱਸ ਰਹੇ ਖਬਰਾਂ ਵਾਲੇ ਵੀ ਕਹਿੰਦੇ ਵੀ ਸਟੋਰੀ ਬਣਾ ਕੇ ਤੇਰੀ ਇੰਟਰਵਿਊ ਕਰ ਦਾਂਗੇ
ਕਹਿੰਦੇ ਵੀ ਤੈਨੂੰ ਗਰੀਬ ਦਿਖਾਉਣਾ ਗਾ ਵੀ ਸਟੋਰੀ ਚੱਲ ਜੂ ਕਹਿੰਦੇ ਤੇਰੀ ਕਹਿੰਦੇ ਜੋਬ ਮਿਲ ਜੂ ਸਰਕਾਰੀ ਅੱਛਾ ਮੈਂ ਕਿਹਾ ਨਹੀਂ ਨਹੀਂ ਵੀਰੇ ਫਿਰ ਉੱਥੇ ਲਾਈਨ ਲਿਖੀ ਸੀ ਮੈਂ ਕਿਹਾ ਪੈਸ਼ਨ ਪਿਆਰਾ ਜੋਬ ਛੱਡੀ ਸਰਕਾਰੀ ਉਹ ਗੀਤ ਲਿਖਿਆ ਸੀ ਇੱਕ ਪੂਰੇ ਦਾ ਪੂਰਾ ਵੀ ਇਹਨਾਂ ਦੇ ਸਾਰਿਆਂ ਦੇ ਜਿਹੜੇ ਪੱਤਰਕਾਰ ਨੇ ਅੱਛਾ ਪੱਤਰਕਾਰਾਂ ਦੇ ਲਿਖਤਾ ਹੈਗਾ ਇਹਦੇ ਚ ਜੇ ਹੈਗਾ ਤਾਂ ਲੱਭ ਲਾ ਯਾਰ ਸੁਣਾ ਦੇ ਫਿਰ ਪੱਤਰਕਾਰਾਂ ਦਾ ਤਾਂ ਵਧੀਆ ਚੱਲੂ ਕੰਮ ਸ਼ਾਂਤ ਹੁੰਦਾ ਨੀ ਹਾਲੇ ਕਾਬੂ ਕਰ ਰੱਖਿਆ ਮੈਂ ਬਦੀ ਹੀਟ ਤੇ ਨਾਲ ਦੇ ਆ ਕਹਿਣ ਕਾ ਸਵਾਏ ਹਟੇ ਅੱਜ ਦਾ ਨਾਮ ਬੋਲੇ ਕਹਿਣ ਵੱਡੇ ਵੱਡੇ ਨੇਮਾ ਚ ਮਾੜੇ ਦਿਨਾਂ ਨੂੰ ਦਿਖਾਤਾ ਕਿਵੇਂ ਬਦਲੀ ਦੇ ਨੇ ਹਾਲਾਤ ਕਿਸਮਤ ਨੂੰ ਵੀ ਕਹਿਤਾ ਅੱਖਾਂ ਕੱਢ ਕੇ ਨਾ ਝਾਕ ਜਿਹੜੇ ਪਰਖ ਦੇ ਮੈਨੂੰ ਲਾ ਕੇ ਫੇਕ ਜੀ ਨਿਊਜ਼ ਦੇਖਾਂ ਛਕ ਲਓ ਮੈਂ ਭੋਲਾ ਨਾ ਮੈਂ ਕੱਲ ਦਾ ਜਵਾਕ ਲਾਉਂਦੇ ਕੱਟ ਕੇ ਸਨੈਪ ਪੈਰੇ ਮੇਰਿਆਂ ਦੇ ਬੋਲ ਭਾਵੇਂ ਕਿੰਨੀ ਵੀ ਆ ਵੱਡੀ ਮੈਂ ਕਰਦਾ ਕਲੈਬ ਜਿੰਨਾ ਤੋੜਿਆ ਸੀ ਮੈਨੂੰ ਨਾਲੋਂ ਆਖ ਕੇ ਡਿਸੇਬਲ ਮੈਂ ਏਬਲ ਕੀ ਹੋਇਆ ਸਾਰੇ ਕੱਢ ਦਿੱਤੇ ਵਹਿਮ ਟੈਮ ਆਉਂਦਾ ਸਾਰਿਆਂ ਦਾ ਮੇਰੇ ਟੈਮ 'ਚ ਸੁਧਾਰ ਆਇਆ ਦੇਖ ਕਿੱਥੇ ਬੈਠਾ ਅੱਜ ਉਹ ਟਾਈਮ ਗਏ ਜਦੋਂ ਬੈਠਾ ਸੀ ਮੈਂ ਸਾਰੇ ਖੜ ਖੜ ਹੱਸਦੇ ਸੀ ਜਦੋਂ ਉੱਠਿਆ ਤਾਂ ਸਾਰੇ ਖੌਫ ਨਾਲ ਬੈਠ ਗਏ ਜਦੋਂ ਬੈਠਾ ਸੀ ਮੈਂ ਸਾਰੇ ਖੜ ਖੜ ਹੱਸਦੇ ਸੀ ਜਦੋਂ ਉੱਠਿਆ ਤਾਂ ਸਾਰੇ ਖੌਫ ਨਾਲ ਬੈਠ ਗਏ ਪਰ ਵੈਸੇ ਊਂ ਤੁਹਾਡੀ ਜ਼ਿੰਦਗੀ 'ਚ ਕੋਈ ਇੱਦਾਂ ਦਾ ਕੁਛ ਉਹੀ ਹੋਇਆ ਹਲੇ ਤੱਕ ਤਾਂ ਨਹੀਂ ਹੋਇਆ ਹਾਂ ਤੇ ਇਹ ਫਿਰ ਤੁਸੀਂ ਮਤਲਬ ਇਹ ਜਿਹੜੀ ਸੋਚ ਆ ਇਹ ਵੈਸੇ ਹੀ ਜਿਹੜੇ ਹੋਏ ਨੇ ਵੀਰੇ ਉਹ ਐਡੇ ਵੀ ਨਹੀਂ ਹੋਏ ਵੀ ਛੋਟੇ ਲੈਵਲ ਤੇ ਹੋਏ ਹੋਇਆ ਉਹਨੂੰ ਫਿਰ ਤੁਸੀਂ ਸਕ੍ਰਿਪਟ ਦੇ ਵਿੱਚ ਢਾਲ ਲੈਨੇ ਹਾਂ ਹਾਂ ਉਵੇਂ ਕਰਨਾ ਪੈਂਦਾ ਮੈਂ ਹਨਾ ਕਾਕੇ ਦੀ ਇੰਟਰਵਿਊ ਦੇਖੀ ਸੀ ਉਹ ਦੱਸ ਰਿਹਾ ਹੁੰਦਾ ਵੀ ਮੈਂ ਹਨਾ ਆਪਦੀ ਜ਼ਿੰਦਗੀ ਨੂੰ ਫਿਲਮ ਦੀ ਦੌਰਾਨ ਜਾ ਰਿਹਾ ਵੀ ਜਿਵੇਂ ਅੱਜ ਜੇ ਦੁੱਖ ਆਇਆ ਹਨਾ ਤਾਂ ਉਹ ਇੱਕ ਚੈਪਟਰ ਵਾਂਗੂ ਲੰਘ ਜੂਗਾ ਕੱਲ ਨੂੰ ਕੋਈ ਖੁਸ਼ੀ ਵੀ ਆ ਸਕਦੀ ਆ ਕੋਈ ਨਵਾਂ ਹਨਾ ਟਵਿਸਟ ਵੀ ਆ ਸਕਦਾ ਉਵੇਂ ਮੇਰੇ ਵੀ ਜ਼ਿੰਦਗੀ 'ਚ ਉਵੇਂ ਆ ਸੇਮ ਵੀ ਜੇ ਅੱਜ ਕੁਛ ਹੋ ਰਿਹਾ ਇਹ ਮੈਂ ਇਹਦੇ ਪਿੱਛੇ ਬਹੁਤ ਚੀਜ਼ ਸੋਚੀ ਬੈਠਾ ਵੀ ਇਹ ਕਿਵੇਂ ਹੋ ਰਿਹਾ ਗਾ ਵੀ ਉਹ ਕਹਿੰਦਾ ਕਾਕਾ ਕਹਿੰਦਾ ਮੈਂ ਹਨਾ ਫਿਲਮ ਬਣਾਊਂ ਆਪਦੇ ਤੇ ਬਾਇਓਪਿਕ ਹੀ ਕਹਿੰਦੇ ਤੇ ਮੇਰਾ ਵੀ ਆਹੀ ਪਲੈਨ ਆ ਵੀ ਮੈਂ ਬਣੂਗੀ ਵੀ ਮੇਰੇ ਤੇ ਤਾਂ ਵੈਸੇ ਵੀ ਮੈਨੂੰ ਜਿੱਥੇ ਤੱਕ ਲੱਗਦਾ ਚਾਹੇ ਉਹ ਮਾਰਨ ਤੋਂ ਬਾਅਦ ਬਣ ਜੇ ਜਿਹੜੀ ਬਣਾਉਣਗੇ ਚਾਹੇ ਉਹ ਮੈਂ ਆਪ ਬਣਾਵਾਂ ਹੋਰ ਉਹ ਸੋਚ ਹੀ ਆ ਮੇਰੀ ਤੇ ਉਵੇਂ ਕੋਈ ਸੋਚਿਆ ਹੈਗਾ ਜਾਂ ਪਹੁੰਚ ਕਰੀ ਕਿਸੇ ਕੋਲੇ ਜਿਵੇਂ ਹੁੰਦਾ ਵੀ ਫਲਾਨੀ ਕੰਪਨੀ ਕੋਲੇ ਫਲਾਨੇ ਕਲਾਕਾਰ ਕੋਲੇ ਜਾਂ ਉਵੇਂ ਉਵੇਂ ਕਦੇ ਨੀ ਤੁਸੀਂ ਕੋਈ ਪਹੁੰਚ ਕਰੀ ਉਹਦਾ ਕਾਰਨ ਕੀ ਕਿ ਵੀ ਆਈ ਆ ਵੀ ਆਪਦੇ ਯੂਟਿਊਬ ਹੁਣ ਜਿਹੜਾ ਗਾਣਾ ਆਇਆ ਤੁਹਾਡੇ ਆਪਦੇ ਯੂਟਿਊਬ ਚੈਨਲ ਤੇ ਕਾਰਨ ਕੋਈ ਵੱਡਾ ਵੀ ਨੀ ਵੀਰੇ ਜਾਣ ਨੂੰ ਆ ਉਹਦੀ ਤਿਆਰ ਹੋ ਜਾਂਦਾ ਜਿੱਥੇ ਜਾਣਾ ਉਹਦੀ ਕਹਿ ਦਿੰਦੇ ਚੱਲਾਂਗੇ ਕੋਈ ਐਂ ਵੀ ਨੀ ਵੀ ਮੈਨੂੰ ਔਖਾ ਵੀ ਜਾ ਨੀ ਸਕਦਾ ਬਸ ਐਂ ਜਿਹਾ ਵੀ ਆਪ ਇਹ ਚੱਲਣਾ ਵੀ ਕਿਸੇ ਦੇ ਸਿਰ ਤੇ ਨੀ ਉੱਠਣਾ ਤੇ ਜਿਹੜੇ ਲੋਕ ਆ ਜਿਵੇਂ ਹੁਣ ਇੱਕ ਤਾਂ ਜਿਹੜੇ ਸੰਗੀਤ ਸਾਥੀ ਆ ਤੁਹਾਡੇ ਨਾਲ ਰਹਿੰਦੇ ਆ ਇਹਨਾਂ ਨੂੰ ਛੱਡ ਕੇ ਜਿਹੜੇ ਅਨਨੋਨ ਜਿਹੜੇ ਤੁਹਾਡਾ ਗਾਣਾ ਸੁਣਦੇ ਆ ਜਾਂ ਤੁਹਾਨੂੰ ਅਨਨੋਨ ਬੰਦੇ ਜਿਹੜੇ ਫੋਲੋ ਉਹ ਕੀ ਮੈਸੇਜ ਵਗੈਰਾ ਕਰਦੇ ਆ ਜਾਂ ਕੀ ਫੋਨ ਕਾਲ ਉਹਨਾਂ ਦਾ ਕੱਲ ਪਤਾ ਲੱਗਿਆ ਉਹਦੇ ਤੇ ਇੰਸਟਾ ਤੇ ਰੀਲ ਪਾਉਣਾ ਹੁੰਦਾ ਜਦੋਂ ਮੈਂ ਕੋਈ ਖਾਸ ਕਮੈਂਟ ਤਾਂ ਆਉਂਦੇ ਨੀ ਉਹ ਦਿਲ ਜੇ ਲਾ ਕੇ ਭੇਜ ਦਿੰਦੇ ਆ ਨੋਰਮਲ ਹੁੰਦਾ ਵੀ ਦਿਲ ਵਾਲੇ ਅੱਗ ਜੀ ਲਾਤੀ ਮੋਜੀਆਂ 'ਚ ਤੇ ਕੱਲ ਪਤਾ ਲੱਗਿਆ ਵੀ ਆਹ ਸੋਚਾਂ ਰੱਖਦੇ ਆ ਕਹਿੰਦੇ ਬਹੁਤ ਵਧੀਆ ਗਾਇਆ ਮੈਨੂੰ ਉਹ ਮੁੰਡੇ ਨੇ ਸਕਰੀਨਸ਼ਾਟ ਭੇਜੇ ਕਹਿੰਦਾ ਆਹ ਦੇ ਕਹਿੰਦਾ ਅੱਜ ਪਤਾ ਲੱਗਦਾ ਕਹਿੰਦਾ ਤੈਨੂੰ ਕਿਵੇਂ ਐਪਰੀਸ਼ੀਏਟ ਕਰਦੇ ਨੇ ਨਹੀਂ ਮੋਜੀਆਂ 'ਚ ਤਾਂ ਚੱਲ ਹਰੇਕ ਹੀ ਭੇਜ ਦਿੰਦਾ ਉਹ ਪਤਾ ਨਹੀਂ ਲੱਗਦਾ ਅੱਗ ਜੀ ਲਾਤੀ ਉਹ ਠੀਕ ਰਿਹਾ ਵੀ ਕੱਲ ਪੜ੍ਹ ਕੇ ਵਧੀਆ ਲੱਗਿਆ ਸਾਰਿਆਂ ਦਾ ਤੇ ਕਿਸੇ ਦਾ ਹੋਰ ਦਾ ਕਿਸੇ ਟੀਚਰ ਦਾ ਜਾਂ ਕਿਸੇ ਹੋਰ ਜਿਹੜੇ ਸਾਥੀ ਤੁਹਾਡੇ ਨਾਲ ਪੜ੍ਹੇ ਹੁਣ ਉਹਨਾਂ ਦਾ ਆਇਆ ਸੁਨੇਹਾ ਪੱਤਰ ਕਿਉਂਕਿ 12ਵੀਂ ਤੋਂ ਬਾਅਦ ਬਹੁਤ ਸਾਰੇ ਸਾਥੀ ਕੋਈ ਬਾਹਰ ਚਲਾ ਜਾਂਦਾ ਕੈਨੇਡਾ ਵਗੇ ਹਾਂ ਤੇ ਮੋਹਿਤ ਦਾ ਨਾਲ ਦਾ ਉਹ ਉਹਨੇ ਭੇਜਿਆ ਮੈਸੇਜ ਕੱਲ ਰਾਤ ਹੀ ਭੇਜਿਆ ਸ਼ਾਇਦ ਉਧਰ ਦਿਨ ਹੋਵੇ ਤੇ ਉਹਨੇ ਵਧੀਆ ਸਲਾਹਿਆ ਗੀਤ ਨੂੰ ਵਧੀਆ ਕਰ ਰਿਹਾ ਤੇ ਕਿੰਨੇ ਕੁ ਗੀਤ ਲਿਖੇ ਪਏ ਜਿਵੇਂ ਕਹਿੰਦਾ ਕਿਤਾਬਾਂ ਭਰੀਆਂ ਪੰਨਾ ਐਂ ਕੁਛ ਕਿ ਇਹੋ ਜਿਹਾ ਕੁਛ ਹੀ ਆ ਕੁਛ ਆਈ ਆ ਹਾਂ ਗੀਤ ਬਹੁਤ ਲਿਖੇ ਪਿਆ ਹਨਾ ਜਿਵੇਂ ਆਹ ਫੋਨ ਆ ਹੁਣ ਇਹਦੇ 'ਚ ਇੱਥੋਂ ਕੋਈ ਬੈਠ ਕੇ ਲਿਖ ਲਿਆ ਹੁਣ ਮੰਨ ਕੇ ਚੱਲ ਕੁਛ ਵੀ ਲਿਖ ਲਿਆ ਉਹ ਫੋਨ 'ਤੇ ਲਿਖ ਲਿਆ ਜਾ ਕੇ ਡਾਇਰੀ 'ਤੇ ਤਾਰ ਲੈਣਾ ਉਹ ਡਾਇਰੀਆਂ ਭਰੀਆਂ ਪਈਆਂ ਨੇ ਮਤਲਬ ਤੁਸੀਂ ਲਿਖ ਲੁਖ ਲੈਂਦੇ ਹੋ ਆਪ ਖੁਦ ਉਹ ਵੀਡੀਓ 'ਚ ਦੇਖਦਾ ਵੀ ਆ ਲਿਖਦਾ ਰਾਈਟਿੰਗ ਮੈਂ ਤੁਹਾਨੂੰ ਦੱਸਿਆ ਪਹਿਲੇ ਨੰਬਰ 'ਤੇ ਆਇਆ ਸੀ ਰਾਈਟਿੰਗ 'ਚ ਵੀਰੇ ਅੱਛਾ ਡਰਾਇੰਗ ਵੀ ਵਧੀਆ ਸੀ ਮੇਰੀ ਅਤੇ ਉਹ ਕਹਿ ਦਿੰਦੇ ਆ ਫਿਰ ਹੈ ਨਾ ਉਹ ਮਾਰਦਾ ਗਾ ਬਾਲੀ ਕਹਿੰਦੇ ਹੁੰਦੇ ਆ ਨਾ ਬੜਾਈ ਬੜਾਈ ਮਾਰਦਾ ਨਹੀਂ 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 ਪਰ ਇਹ ਸੱਚੋ ਸੀ ਬਾਈ ਅੱਛਾ ਰਾਈਟਿੰਗ 'ਚ ਵੀ ਪਹਿਲੇ ਨੰਬਰ 'ਤੇ ਕਰਕੇ ਮੈਨੂੰ ਹੈ ਨਾ ਇੰਟਰਵਿਊ ਲੈਣ ਆਏ ਕੁਝ ਪੱਤਰਕਾਰ ਸੀਗਾ ਇੱਕ ਉਹ ਵਧੀਆ ਵਾਇਰਲ ਹੋ ਗਈ ਵੀਡੀਓ ਅੱਛਾ ਜੀ ਅਤੇ
ਉਹ ਬਾਹਰੋਂ ਕਹਿੰਦੇ ਸੀ ਹਨਾ ਹੈਲਪ ਕਰਨੀ ਆ ਉਦੋਂ ਘਰ ਦੇ ਹਾਲਾਤ ਮਤਲਬ ਪਹਿਲਾਂ ਡਾਊਨ ਬਹੁਤ ਸੀਗੇ ਹੁਣ ਮੈਂ ਜਦੋਂ ਦੀ ਸੁਰਤ ਸਾਂਭਲੀ ਆ ਹੁਣ ਵਧੀਆ ਵੀ ਹਨਾ ਜੇ ਮੈਂ ਆਹ ਗਾਣਾ ਕਰ ਰਿਹਾ ਤਾਂ ਵਧੀਆ ਹੀ ਹੋਣਿਆ ਤੇ ਉਦੋਂ ਮਤਲਬ ਨੋਰਮਲ ਸੀਗੇ ਕਹਿੰਦੇ ਚਲੋ ਠੀਕ ਆ ਹੈਲਪ ਕਰ ਦਿਓ ਬਾਹਰੋਂ ਹੈਲਪ ਆਈ ਤੇ ਕੁਛ ਪੱਤਰਕਾਰ ਵੀ ਰੱਖ ਗਏ ਤੇ ਮਤਲਬ ਪੂਰਾ ਅੱਛਾ ਮਤਲਬ ਪੱਤਰਕਾਰ ਪੈਸੇ ਰੱਖ ਗਿਆ ਹਾਂ ਆਪਾਂ ਨੂੰ ਪੂਰਾ ਨਹੀਂ ਮਿਲਿਆ ਮਤਲਬ ਵੀ ਉਹੀ ਖਾ ਗਏ ਵੀ ਮਤਲਬ ਜੇ ਉਹ ਫੋਨ ਆਉਂਦਾ ਸੀ ਵੀ ਮਿਲੇ ਫਿਰ ਉਹਨਾਂ ਨੂੰ ਆਪਾਂ ਤਾਂ ਐਂ ਕਹਿਣਾ ਵੀ ਭਾਈ ਮਿਲ ਗਏ ਹੋਰ ਕੀ ਕਹਿਣਾਗਾ ਵੀ ਉਹ ਕਹਿਣਗੇ ਵੀ ਹੁਣ ਹਨਾ ਲੈ ਕੇ ਪੈਸਾ ਹੁਣ ਕਹਿੰਦੇ ਮਿਲੇ ਨੀ ਤੇ ਪੱਤਰਕਾਰ ਤੁਹਾਡੇ ਏਰੀਏ ਦੇ ਸੀ ਨਹੀਂ ਉਹ ਵੀ ਮਤਲਬ ਬਹੁਤ ਦੂਰੋਂ ਸੀਗੇ ਅੱਛਾ ਐਂ ਵੀ ਹੋ ਗਿਆ ਇਹ ਚਲੋ ਹੁੰਦਾ ਹੀ ਆ ਇੰਟਰਵਿਊ ਘੱਟ ਮੋਟੀਵੇਸ਼ਨਲ ਟਾਈਪ ਗੱਲਾਂ ਹੋਣੀਆਂ ਚਾਹੀਦੀਆਂ ਇੱਕ ਦੋ ਗੱਲਾਂ ਕੋਈ ਉਹ ਆ ਜੇ ਯੂਥ ਨੂੰ ਤੁਸੀਂ ਕੁਛ ਦੱਸ ਸਕੋ ਕਿਉਂਕਿ ਤੁਹਾਡੇ ਵਰਗੇ ਨੌਜਵਾਨਾਂ ਤੋਂ ਬਹੁਤ ਵੱਡਾ ਸੁਨੇਹਾ ਜਾਂਦਾ ਹੈਗਾ ਜਿਵੇਂ ਤੁਸੀਂ ਅਨੁਸਾਰ ਹੀ ਕਹਿਤਾ ਵੀ ਬਾਈ ਸਿੰਪਥੀ ਵਾਲਾ ਕੰਮ ਤਾਂ ਆਪਾਂ ਕਰਨਾ ਹੀ ਨਹੀਂ ਮੈਨੂੰ ਕੋਈ ਗੱਲਾਂ ਬਹੁਤੀਆਂ ਮੈਂ ਵੀ ਸਿਆਣਾ ਨੀ ਕਿ ਮੈਂ ਹਨਾ ਇੱਥੇ ਲੈਕਚਰ ਲਾਈ ਜਾਵਾਂ ਸਾਰਿਆਂ ਨੂੰ ਆਪਦੇ ਘਰਾਂ ਦੇ ਹਾਲਾਤ ਪਤਾ ਹੀ ਹੁੰਦਾ ਕੌਣ ਕਿਵੇਂ ਹਨਾ ਆਪਦੇ ਘਰੋਂ ਚੱਲਦਾ ਗਾ ਹੁਣ ਮੇਰੇ ਘਰੋਂ ਸੀਗਾ ਜਿਵੇਂ ਵੀ ਜੇ ਤੁਸੀਂ ਸਕੂਲ 'ਚ ਗਲਤੀ ਕਰੋਗੇ ਵੀ ਪਹਿਲਾਂ ਤੁਹਾਨੂੰ ਸਕੂਲ 'ਚ ਖੜਾ ਕੇ ਕੁੱਟਾਂਗੇ ਵੀ ਫਿਰ ਤੁਹਾਨੂੰ ਹਨਾ ਪ੍ਰਿੰਸੀਪਲ ਤੋਂ ਕਟਾਵਾਂਗੇ ਉਵੇਂ ਹੁਣ ਨਸ਼ਿਆਂ ਦਾ ਕੰਮ ਇਹੀ ਆ ਜੇ ਘਰ ਦੇ ਪਹਿਲਾਂ ਹੀ ਕਹਿ ਕੇ ਰੱਖਣ ਉਹ ਕਹਿੰਦੇ ਹੁੰਦੇ ਆ ਵੀ ਆਪਦਾ ਭਾਂਡਾ ਹਨਾ ਆਪ ਨੂੰ ਹੀ ਸਾਫ਼ ਕਰਕੇ ਰੱਖਣਾ ਪੈਂਦਾ ਤੇ ਫਿਰ ਉਹੀ ਗੱਲ ਆ ਵੀ ਜਿੰਨਾ ਟਾਈਮ ਘਰ ਦੇ ਹਾਲਾਤ ਹੀ ਨਹੀਂ ਹਨਾ ਸਹੀ ਮੁੰਡਾ ਨਸ਼ਿਆਂ 'ਚ ਪੈ ਗਿਆ ਕਹਿ ਦਿੰਦੇ ਆ ਉਹ ਘਰਦਿਆਂ ਦੀ ਵੀ ਗਲਤੀ ਹੋ ਵੀ ਸਕਦੀ ਆ ਇਕੱਲਾ ਮੁੰਡਾ ਵੀ ਉਹ ਨਹੀਂ ਕਰਦਾ ਉਸ ਚੀਜ਼ 'ਤੇ ਛੋਟੇ ਬਰਨਾਲੇ ਏਰੀਏ ਦੇ ਹੁਣ ਤਾਂ ਕਲਾਕਾਰ ਵੀ ਕਾਫੀ ਆ ਪਹਿਲਾਂ ਤੀ ਹਾਂ ਤਾਂ ਹਾਂ ਕੁਲਵਿੰਦਰ ਬਿੱਲਾ ਹੋਰ ਵੀ ਕੁਲਵਿੰਦਰ ਬਿੱਲਾ ਤਾਂ ਇੱਧਰੋਂ ਮਾਨਸਾ ਕੋਲੋਂ ਆ ਗਿਆ ਐਸਡੀ 'ਚ ਪੜਿਆ ਮੈਂ ਤਾਂ ਯਾਦ ਆ ਗਿਆ ਅੱਛਾ ਤੁਸੀਂ ਐਸਡੀ 'ਚ ਫੋਟੋ ਲੱਗੀ ਹੋਈ ਆ ਅੱਛਾ ਤੁਸੀਂ ਐਸਡੀ 'ਚ ਪੜਦੇ ਹੋ ਹਾਂ ਬੀਏ ਉੱਥੇ ਕਰ ਰਹੇ ਹੋ ਐਸਡੀ ਮਸ਼ਹੂਰ ਕਾਲਜ ਆ ਤੁਹਾਡੇ ਏਰੀਏ ਦਾ ਹੋਰ ਕੋਈ ਗੱਲਬਾਤ ਕਰਨੀ ਚਾਹੋਗੇ ਕੁਛ ਕਹਿਣਾ ਚਾਹੋਗੇ ਗੱਲਾਂ ਬਾਤਾਂ ਬਸ ਵੀਰੇ ਹੋਰ ਨੇ ਹੁਣ ਅਗਲੀ ਇੰਟਰਵਿਊ ਕਰਾਂਗੇ ਤੁਹਾਡੇ ਨਾਲ ਫੇਰ ਕਹਦੇ ਜਦੋਂ ਹਿੱਟ ਹੋ ਗਏ ਨਹੀਂ ਹੁਣ ਵੀ ਠੀਕ ਆ ਹਿੱਟ ਹੀ ਹੋ ਬਹੁਤ ਸਾਰੇ ਨੌਜਵਾਨਾਂ ਨਾਲੋਂ ਤਾਂ ਵਧੀਆ ਹੀ ਆ ਜੇ ਤੁਸੀਂ ਆਪਦਾ ਕੰਮ ਕਰਨ ਦਾ ਸੋਚਿਆ ਹੈਗਾ ਇਹ ਵੀ ਕਿਰਤੀ ਆ ਇੱਕ ਤਰ੍ਹਾਂ ਦੀ ਮਿਹਨਤ ਆ ਕਿਰਤ ਆ ਪਰ ਵੀਰੇ ਕਿਰਤ ਕਰੇ ਨਾਲ ਨਾ ਬੰਦਾ ਐਂ ਚੱਲਦਾ ਨੀ ਮੈਂ ਜਿੱਥੇ ਤੱਕ ਮੈਂ ਹਨਾ ਬਹੁਤ ਬੰਦਿਆਂ ਨਾਲ ਮੈਸੇਜ ਕਰੇ ਮੈਂ ਬਹੁਤ ਬੰਦਿਆਂ ਨੂੰ ਜਿਹੜੇ ਵੀ ਨਾਮੀ ਬੰਦੇ ਸੀਗੇ ਉਹ ਬੰਦੇ ਪ੍ਰਮੋਸ਼ਨ ਵਾਲੀ ਕਹਿ ਰਹੇ ਨੇ ਵੀ ਅਸੀਂ ਪੈਸੇ ਲੈ ਕੇ ਪ੍ਰਮੋਸ਼ਨ ਕਰਾਂਗੇ ਟੈਲੈਂਟ ਐਂ ਚੱਲਦਾ ਨੀ ਗਾ ਵੈਸੇ ਮਤਲਬ ਕਿਵੇਂ ਤੁਸੀਂ ਕਿਵੇਂ ਮੈਸੇਜ ਕਰੇ ਉਹਨਾਂ ਨੂੰ ਵੀ ਮੇਰਾ ਗਾਣਾ ਸ਼ੇਅਰ ਕਰੋ ਹਾਂ ਵੀ ਗਾਣਾ ਆ ਗਿਆ ਵੀਰੇ ਵਧੀਆ ਗੱਲਬਾਤ ਕਰਦੇ ਰਹੇ ਨੇ ਪਹਿਲਾਂ ਵੀ ਐਨ ਟਾਈਮ ਦੇ ਕਹਿੰਦੇ ਵੀ ਪ੍ਰਮੋਸ਼ਨ ਅਸੀਂ ਵੀ ਕਹਿੰਦੇ ਵੀ ਅਸੀਂ ਪੈਸੇ ਲੈਂਦੇ ਹਾਂ ਆਹ ਚੀਜ਼ ਦੇ ਇੰਨੇ ਕੋਸਟ ਆ ਤੇ ਵੀ ਨਹੀਂ ਆਮ ਚੀਜ਼ਾਂ ਉਹੀ ਵਾਇਰਲ ਹੋ ਜਾਂਦੀਆਂ ਨੇ ਜਿਹੜੀਆਂ ਚੀਜ਼ਾਂ ਵਾਇਰਲ ਹੋਣੀਆਂ ਵੀ ਨਹੀਂ ਚਾਹੀਦੀਆਂ ਪੱਤਰਕਾਰਾਂ ਨੂੰ ਬਹੁਤਾਂ ਨੂੰ ਕਰਿਆ ਹੋਣਾ ਕਿ ਨਹੀਂ ਪੱਤਰਕਾਰ ਇੱਕ ਤੁਹਾਨੂੰ ਕਰਿਆ ਸੀਗਾ ਇੱਕ ਹੋਰ ਨੂੰ ਕਰਿਆ ਸੀਗਾ ਉਹਦਾ ਵੀ ਮੈਸੇਜ ਆਇਆ ਪਿਆ ਮੈਂ ਮਨ ਚ ਸੋਚਿਆ ਉਹਨਾਂ ਨੂੰ ਤਾਂ ਖਿਰ ਕੀ ਕਹਿਣਾ ਉਹ ਪਹਿਲਾਂ ਇੱਧਰੋਂ ਇੱਧਰੋਂ ਕਰੀਏ ਫਿਰ ਉਹਨਾਂ ਨਾਲ ਵੀ ਕਰ ਲਾਂਗੇ ਕਿਉਂਕਿ ਮੈਂ ਤਾਂ ਇਹੀ ਸੋਚਿਆ ਹੋਇਆ ਸੀ ਵੀ ਹਨਾ ਗਾਣਾ ਕਰਨ ਤੋਂ ਬਾਅਦ ਇੰਟਰਵਿਊ ਹੋਈ ਤਾਂ ਹੀ ਲੋਕਾਂ ਤੱਕ ਪਹੁੰਚ ਸਕੂੰਗਾ ਵੀ ਇੱਕ ਤਾਂ ਹਨਾ ਹਾਂ ਚਲੋ ਇਹ ਵੀ ਇੱਕ ਜ਼ਰੀਆ ਹੈਗਾ ਹਾਂ ਜ਼ਰੀਆ ਹੋ ਜਾਂਦਾ ਹਨਾ ਵੀ ਮੈਨੂੰ ਤਾਂ ਖੈਰ ਵਾਲੇ ਕੌਣ ਜਾਣਦਾ ਹਨਾ ਨਵਾਂ ਜਿਹਾ ਤਾਂ ਹੈਗਾ ਹੀ ਆ ਜੀ ਜੀ ਆਪਦੇ ਚੈਨਲ ਤੇ ਪਾਤਾ ਉਤੋਂ ਵੀ ਕੋਈ ਲੈਵਲ ਵੀ ਨਹੀਂ ਹੈਗਾ ਤੇ ਤਾਂ ਕਰਕੇ ਮੈਂ ਕਿਹਾ ਚਲੋ ਇਦੋਂ ਪਹਿਲਾਂ ਇੰਟਰਵਿਊ ਹੋਣੀ ਵੀ ਚਾਹੀਦੀ ਹੈ ਲੈਵਲ ਤਾਂ ਆਪ ਹੀ ਬਣ ਜਾਣਾਗਾ ਰੱਬ ਸੁੱਖ ਰੱਖੇ ਸੋ ਇਹ ਨੌਜਵਾਨ ਸੀਗਾ ਅਰਸ਼ ਮੁੰਡਾ ਜ਼ਿਲ੍ਹੇ ਬਰਨਾਲੇ ਤੋਂ ਅਰਸ਼ ਕਸਬਾ ਬਹੁਤ ਸਾਰੇ ਨੌਜਵਾਨ ਆ ਜਿਹੜੇ ਮਿਹਨਤ ਨਹੀਂ ਕਰਨਾ ਚਾਹੁੰਦੇ ਜਾਂ ਬਹੁਤ ਸਾਰੇ ਨੌਜਵਾਨ ਜਿਹੜੇ ਨਸ਼ੇ ਦੀ ਦਲਦਲ 'ਚ ਜਾ ਰਹੇ ਆ ਜਾਂ ਇੱਥੋਂ ਪ੍ਰਵਾਸ ਹੋ ਰਿਹਾ ਪਰ ਇੱਕ ਪਾਸੇ ਅਜਿਹੇ ਨੌਜਵਾਨ ਜਿਹੜੇ ਇੱਥੇ ਮਿਹਨਤ ਕਰ ਰਹੇ ਆ ਅਤੇ ਵੱਡੀ ਗੱਲ ਇਹ ਆਉਂਦੀ ਆ ਵੀ ਜਿਵੇਂ ਇਹਨੇ ਪਹਿਲਾਂ ਹੀ ਦੱਸਤਾ ਸੀ ਵੀ ਸਿੰਪਥੀ ਵਾਲੀ ਕੋਈ ਗੱਲ ਨਹੀਂ ਜਿਵੇਂ ਬਹੁਤ ਸਾਰੇ ਪੱਤਰਕਾਰ ਬਾਈ ਨੂੰ ਫੋਨ ਕਰਦੇ ਹੋਣੇ ਜਾਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹੋਣੀਆਂ ਗੀਆਂ ਸਿੰਪਥੀ ਵਾਲੀ ਗੱਲ ਕੋਈ ਨਹੀਂ ਕਰਨੀ ਜਿਵੇਂ ਹੈਗਾ ਲੋਕਾਂ ਨੂੰ ਉਵੇਂ ਹੀ ਦੱਸਣਾ ਗਾ ਵਧੀਆ ਘਰ ਦਾ ਨੌਜਵਾਨਾਂ ਮਿਹਨਤ ਕਰ ਰਿਹਾ ਅਤੇ ਦੂਜੇ ਨੌਜਵਾਨਾਂ ਦੇ ਬਰਾਬਰ ਹੀ ਖੁਦ ਨੂੰ ਸਮਝਦਾ ਚਾਹੇ ਪਰਮਾਤਮਾ ਨੇ ਬਹੁਤ ਸਾਰੀਆਂ ਚੀਜ਼ਾਂ ਦਾ ਲੁਕੋ ਰੱਖ ਲਿਆ ਪਰ ਸਾਨੂੰ ਇਹ ਲੱਗਦਾ ਵੀ ਜੇ ਐਂ ਹੀ ਮਿਹਨਤ ਕਰੀ ਗਿਆ ਥੋੜ੍ਹੀ ਤਰਾਸ਼ਣ ਦੀ ਲੋੜ ਆ ਅਤੇ ਰੱਬ ਨੇ ਕੁਛ ਵੀ ਨਹੀਂ ਲੁਕਾਉਣਾ ਜੋ ਚੀਜ਼ਾਂ ਬਹੁਤ ਵੱਡੇ ਵੱਡਿਆਂ ਤੋਂ ਰੱਬ ਲੁਕੋ ਲੈਂਦਾ ਗਾ ਇਹੋ ਜਿਹੇ ਨੌਜਵਾਨਾਂ ਤੋਂ ਰੱਬ ਨੇ ਲੁਕੋ ਕੇ ਕੁਛ ਨਹੀਂ ਰੱਖਣਾ
तो सानू भी यही उम्मीद है भी अगे भी यह मेहनत करता रहूगा। अर्श तुसी समय दिता, तुहाडा बहुत बहुत धन्यवाद जी।